ਹੁਣ ਖਬਰਾਂ ਵਿਸਥਾਰ ਦੇ ਨਾਲ। ਬਾਦਲਾਂ ਦੇ ਕਹਿਣ ਤੇ ਹੋਈ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਤੇ ਸਿਆਸਤ ਗਰਮਾਉਂਦੀ ਜਾ ਰਹੀ ਹੈ ਅਤੇ ਇਸ ਦਾ ਹਰ ਪਾਸੇ ਵਿਰੋਧ ਹੋ ਰਿਹਾ। ਇਸ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇੱਕ ਵਫਦ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਬੇਅਦਬੀ ਤੇ ਗੋਲੀਕਾਂਡ ਦੀ ਪੜਤਾਲ ਕਰ ਰਹੀ ਐਸਆਈਟੀ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਤੋਂ ਤੈਨਾਤ ਕੀਤਾ ਜਾਵੇ। ਕਮਿਸ਼ਨ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਤੇ ਹੇਠ ਐਸਆਈਟੀ ਤੋਂ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਅੱਜ ਇੱਕ ਜੁਆਇੰਟ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਿਲਿਆ, ਜੋ ਐਸਆਈਟੀ ਜੋ ਬੇਅਦਬੀ ਵਾਲਾ ਮੁੱਦਾ ਤੇ ਉਸ ਤੋਂ ਬਾਅਦ ਗੋਲੀ ਵਾਲੇ ਮੁੱਦੇ ਦੀ ਇਨਕੁਆਇਰੀ ਕਰ ਰਹੀ ਆ। ਉਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਮੇਨ ਅਫਸਰ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਉਸ ਦੇ ਟ੍ਰਾਂਸਫਰ ਦੇ ਆਰਡਰ ਨੂੰ ਰਿਵਿਊ ਕਰਨ ਲਈ ਤੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਅੱਜ ਜੁਆਇੰਟ ਇੱਕ ਵਫਦ ਜੋ ਪੋਲੀਟੀਕਲ ਪਾਰਟੀਆਂ ਦਾ ਜਾਖੜ ਸਾਹਿਬ, ਬਾਜਵਾ ਸਾਹਿਬ ਅਤੇ ਲੀਡਰ ਆਫ ਆਪੋਜੀਸ਼ਨ ਹਰਪਾਲ ਸਿੰਘ ਜੀ ਚੀਮਾ, ਨਾਜਰ ਸਿੰਘ ਜੀ MLA ਸਾਹਿਬ ਅਤੇ ਇਹ ਮਿਲਿਆ ਅਤੇ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਸਿਚੁਏਸ਼ਨ ਦੀ ਜਾਣਕਾਰੀ ਕਰਵਾਈ ਆ ਅਤੇ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਇਹਦਾ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਹੋ ਰਿਹਾ। ਅਕਾਲੀ ਦਲ ਬੜੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਇਨਵੈਸਟੀਗੇਸ਼ਨ ਨੂੰ ਰੋਕਿਆ ਜਾਵੇ, ਪਰ ਉਹ ਆਪਣੇ ਇਸ ਜੋ ਇਹਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਏ। ਪਰ ਹੁਣ ਇਹ ਕੁੰਵਰ ਵਿਜੇ ਪ੍ਰਤਾਪ ਦੀ ਟ੍ਰਾਂਸਫਰ ਕਰਾਉਣ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਪਏਗਾ। ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੁੱਦਾ ਦਿਲ ਨੂੰ ਲੱਗਿਆ ਵਾ। ਸਾਰੇ ਮਿਲ ਕੇ ਆਏ, ਸਾਰੇ ਦੇ ਸਾਰੇ ਅੱਜ ਫੂਲਕਾ ਸਾਹਿਬ, ਚੀਮਾ ਸਾਹਿਬ, ਨਾਜ਼ਰ ਸਿੰਘ ਜੀ ਅਤੇ ਸਾਡੇ ਕੈਬਨਿਟ ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ, ਅਸੀਂ ਇੱਕ ਸਾਰੇ ਪਾਰਟੀਆਂ ਦਾ ਵਫਦ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਹਾਂ ਅਤੇ ਉਹਨਾਂ ਨੂੰ ਇਸ ਗੱਲ ਵਾਸਤੇ ਬੇਨਤੀ ਕੀਤੀ ਹੈ ਵੀ ਉਹ ਆਪਣਾ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟ੍ਰਾਂਸਫਰ ਕਰਨ ਦਾ SIT 'ਚੋਂ, ਉਹਨੂੰ ਰਿਵਿਊ ਕਰਨ, ਤਾਂ ਕਿ ਆ ਜਿਹੜੀ ਜਾਂਚ ਹੈ, ਜਿਹੜੀ ਪੰਜਾਬ ਦੇ ਲੋਕਾਂ ਦੇ ਕਾਲਜ ਜਿਹੜੇ ਬਲੂੰਦਰੇ ਪਏ ਹੈ ਉਹਨਾਂ ਦੇ ਉਸ ਜਾਂਚ ਨੂੰ ਛੇਤੀ ਤੋਂ ਛੇਤੀ ਨਿਬੇੜਿਆ ਜਾ ਸਕੇ। ਆ ਜਿਹੜਾ ਜ਼ਖਮ ਹੈ ਪੰਜਾਬ ਦੇ ਲੋਕਾਂ ਦੇ ਦਿਲ 'ਤੇ ਬੇਅਦਬੀ ਨੂੰ ਲੈ ਕੇ, ਇੱਥੇ ਜਿਹੜੇ ਸਿੰਘ ਮਾਰੇ ਗਏ, ਇੱਕ ਪੰਥ ਦੀ ਸਰਕਾਰ ਹੋਏ, ਪੰਥਕ ਸਰਕਾਰ ਦੇ ਟਾਈਮ ਦੇ ਅੰਦਰ ਜਿਨ੍ਹਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਉਸ ਜਨਰਲ ਡਾਇਰ ਨੂੰ, ਉਹਨਾਂ ਜਿਹੜੇ ਅੱਜ ਦੇ ਮਾਡਰਨ ਜ਼ਮਾਨੇ ਦੇ ਜਨਰਲ ਡਾਇਰ ਹੈ, ਉਹਨਾਂ ਨੂੰ ਕਾਨੂੰਨ ਦੀ ਗ੍ਰਿਫਤ 'ਚ ਲਿਆ ਜਾ ਸਕੇ, ਇਹਦੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨੂੰ ਰਿਵਿਊ ਕਰਨ।